ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਫ SYL ਜਾਂ ਪੰਜਾਬ ਦੇ ਕਿਸਾਨ ਜਾਂ ਸੰਤ ਪਿੰਡਰਾ ਵਾਲਿਆਂ ਦਾ ਮੁੱਦਾ ਹੀ ਨਹੀਂ ਗਰਮਾ ਰਿਹਾ ਬਲਕਿ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨੀ ਪੱਤਰਕਾਰ ਅਰੁਸ਼ਾ ਆਲਮ ਦੇ ਸਬੰਧਾਂ ਦੀ ਵੀ ਕਾਫੀ ਚਰਚਾ ਛਿੜੀ ਹੋਈ ਹੈ। ਕੈਪਟਨ ਤੇ ਅਰੁਸ਼ਾ ਦੀ ਇੱਕ ਫੋਟੋ ਵਾਇਰਲ ਹੋਣ ਦੇ ਨਾਲ ਸਿਆਸੀ ਗਲਿਆਰਾ ਦੇ ਵਿੱਚ ਬਿਆਨਬਾਜ਼ੀ ਛਿੜ ਗਈ ਹੈ ਕਿ ਕੈਪਟਨ ਵਿਦੇਸ਼ ਦੌਰੇ ਤੇ ਅਰੁਸ਼ਾ ਦੇ ਨਾਲ ਹੀ ਨੇ। ਦੱਸ ਦੇ ਕਿ ਅਰੁਸ਼ਾ ਆਲਮ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਦੇ ਵਿੱਚ ਆਪਣੀ ਕਿਤਾਬ ਦੀ ਮੌਨਸੂਨ ਵਾਰ ਲਾਂਚ ਕੀਤੀ ਸੀ ਤਾਂ ਉਸ ਵੇਲੇ ਵੀ ਅਰੁਸ਼ਾ ਆਲਮ ਲਾਂਚਿੰਗ ਪ੍ਰੋਗਰਾਮ ਦੇ ਵਿੱਚ ਖਿੱਚ ਦਾ ਕੇਂਦਰ ਸੀ ਤੇ 2012 ਦੀਆਂ ਚੋਣਾਂ ਸਮੇਂ ਵੀ ਅਰੁਸ਼ਾ ਆਲਮ ਚੰਡੀਗੜ੍ਹ ਦੇ ਵਿੱਚ ਹੀ ਸੀ ਤੇ ਲਲਕਾਰ ਰੈਲੀ ਦੌਰਾਨ ਵੀ ਕੈਪਟਨ ਸਾਹਿਬ ਅਰੁਸ਼ਾ ਆਲਮ ਦੇ ਨਾਲ ਮਸਰੂਫ ਪਾਏ ਗਏ ਸੀ। ਖੈਰ ਮਾਮਲਾ ਰਾਜਨੀਤੀ ਵਿੱਚ ਕਾਫੀ ਚਰਚਾ ਬਟੋਰਿਆ ਇਸੇ ਲਈ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਚੰਨੀ ਉਹਨਾਂ ਤੋਂ ਵੀ ਜਾਣ ਲੈਂਦੇ ਹਾਂ। ਚਰਨਜੀਤ ਚੰਨੀ ਜੀ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਕੈਪਟਨ ਸਾਹਿਬ ਜਿਵੇਂ ਹੀ ਵਿਦੇਸ਼ੀ ਦੌਰੇ ਤੇ ਗਏ ਨੇ ਹਾਲਾਂਕਿ ਕੇਜਰੀਵਾਲ ਪਾਰਟੀ ਕਾਫੀ ਸੁਰਖੀਆਂ ਵਿਦੇਸ਼ਾਂ ਦੇ ਵਿੱਚ ਬਟੋਰੀ ਹੈ ਇਹ ਕਿਉਂ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਕੈਪਟਨ ਕਾਫੀ ਸਮੇਂ ਤੋਂ ਵਿਦੇਸ਼ੀ ਲੋਕਾਂ ਦੇ ਨਾਲ ਜੁੜੇ ਹੋਏ ਨੇ ਫਿਰ ਹੁਣ ਉਹਨਾਂ ਦਾ ਵਿਰੋਧ ਕਿਉਂ ਹੋ ਰਿਹਾ? ਇੱਦਾਂ ਜੀ ਕਿ ਪੰਜਾਬ ਵਿੱਚ ਹੋਵੇ ਚਾਹੇ ਬਾਹਰ ਹੋਵੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਰਦੇ ਆ ਲੇਕਿਨ ਪੰਜਾਬ ਵਿੱਚ ਵੀ ਬਾਹਰ ਵੀ ਦੂਸਰੀਆਂ ਪਾਰਟੀਆਂ ਦੇ ਬੰਦੇ ਵੀ ਹੈਗੇ ਆ ਚਾਹੇ ਉਹ ਅਕਾਲੀ ਦਲ ਹੈ ਚਾਹੇ ਕੋਈ ਹੋਰ ਕੋਈ ਹੈ ਇਸ ਕਰਕੇ ਦੂਸਰੀ ਪਾਰਟੀ ਵਾਲੇ ਆਪਣੇ ਤਰੀਕੇ ਦੇ ਨਾਲ ਵਿਰੋਧ ਬੋਲਦੇ ਆ ਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਤੇ ਬਾਹਰ ਵੀ ਇਸ ਤਰ੍ਹਾਂ ਹਰ ਪਾਰਟੀ ਦਾ ਆਪਣਾ ਆਪਣਾ ਰਾਈਟ ਹੈ ਕਿਸੇ ਦੇ ਹੱਕ ਦੇ ਵਿੱਚ ਜਾਂ ਕਿਸੇ ਦੇ ਖਿਲਾਫ਼ ਗੱਲ ਕਰਨੀ ਅਦਰਵਾਈਜ਼ ਓਵਰਆਲ ਪੰਜਾਬ ਦੇ ਤੇ ਬਾਹਰ ਜਿਹੜੇ ਪੰਜਾਬੀ ਵੱਸ ਰਹੇ ਆ ਉਹ ਸਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਿਆਰ ਕਰਦੇ ਆ ਤੇ ਉਹਨਾਂ ਨੂੰ ਪਸੰਦ ਕਰਦੇ ਆ। ਠੀਕ ਹੈ ਚੰਨੀ ਜੀ, ਜਿਸ ਤਰ੍ਹਾਂ ਸਿੱਖ ਫੋਰ ਜਸਟਿਸ ਦੀ ਅਸੀਂ ਗੱਲ ਕਰੀਏ ਤਾਂ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕੇਜਰੀਵਾਲ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਕੋਈ ਵੀ ਪਾਰਟੀ ਜਾਂਦੀ ਹੈ ਤਾਂ ਸਿੱਖ ਫੋਰ ਜਸਟਿਸ ਦੇ ਵੱਲੋਂ ਸਵਾਲ ਜ਼ਰੂਰ ਖੜੇ ਕੀਤੇ ਜਾਂਦੇ ਨੇ। ਇਸੇ ਲਈ ਕੈਪਟਨ ਦੇ ਦੌਰੇ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਫੋਰ ਜਸਟਿਸ ਵਾਕਈ ਹੀ ਕੋਈ ਤਰਕ ਉਹਨਾਂ ਦੇ ਕੋਲ ਅਜਿਹੇ ਨੇ ਜਿਸ ਦੇ ਬਿਹਾਫ ਦੇ ਉੱਤੇ ਉਹ ਪੋਲੀਟੀਕਲ ਪਾਰਟੀਆਂ ਦਾ ਬਾਹਰ ਵਿਰੋਧ ਕਰਦੇ ਨੇ ਜਾਂ ਫਿਰ ਸਿਰਫ ਪਬਲਿਸਿਟੀ ਲਈ? ਇਹ ਦੇਖੋ ਇੱਦਾਂ ਹੈ ਕਿ ਸਿੱਖ ਫੋਰ ਜਸਟਿਸ ਵਾਲੇ ਆ ਜਿਹੜੇ ਉਹ ਕੋਈ ਵੀ ਜਿਹੜਾ ਸਹੀ ਮੁੱਦਾ ਉਠਾਉਣਗੇ ਅਸੀਂ ਵੀ ਉਹਨਾਂ ਦੇ ਨਾਲ ਹੈ ਅਸੀਂ ਵੀ ਸਿੱਖ ਕੌਮ ਨੂੰ ਦੇ ਅੰਗ ਹੈ ਸਿੱਖ ਧਰਮ ਨੂੰ ਮੰਨਦੇ ਹਾਂ ਤੇ ਜਿਹੜਾ ਉਹ ਚੰਗਾ ਮੁੱਦਾ ਉਠਾਉਣਗੇ ਤਾਂ ਵੀ ਵੈਲਕਮ ਉਹ ਕਰਦੇ ਹਾਂ ਅਸੀਂ ਉਹਨਾਂ ਦਾ ਤੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਲੇਕਿਨ ਕਿਸੇ ਗੱਲ ਦਾ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਨਾ ਉਹਨਾਂ ਨੂੰ ਚੰਗਾ ਲੱਗੇਗਾ ਨਾ ਸਾਨੂੰ। ਜੀ ਜਿਸ ਤਰ੍ਹਾਂ ਕਾਂਗਰਸ ਉੱਤੇ ਠੱਪਾ ਲੱਗ ਚੁੱਕਿਆ 2007 ਦੀ ਜੇ ਅਸੀਂ ਗੱਲ ਕਰ ਲਈਏ ਜਾਂ 2012 ਦੀਆਂ ਚੋਣਾਂ ਦੀ ਗੱਲ ਕਰ ਲਈਏ ਕੈਪਟਨ ਤੇ ਅਰੁਸ਼ਾ ਆਲਮ ਦੇ ਰਿਸ਼ਤੇ ਕਰਕੇ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਕਿ ਚੋਣਾਂ ਹਾਰੇ ਸਨ। ਹੁਣ ਵੀ ਫੋਟੋ ਵਾਇਰਲ ਹੋਈ ਹੈ ਹਾਲ ਹੀ ਦੇ ਵਿੱਚ ਅਰੁਸ਼ਾ ਆਲਮ ਤੇ ਕੈਪਟਨ ਅਮਰਿੰਦਰ ਸਿੰਘ ਦੀ, ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਰੁਸ਼ਾ ਆਲਮ ਅਜੇ ਵੀ ਵਿਦੇਸ਼ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ? ਇਹ ਮੈਨੂੰ ਤਾਂ ਪਤਾ ਨਹੀਂ ਜੀ, ਮੈਂ ਤਾਂ ਆਪਣਾ ਇੰਡੀਆ ਦੇ ਵਿੱਚ ਆਪਣੇ ਕੰਸਟੀਚੁਐਂਸੀ 'ਚ ਬੈਠਾ ਜੀ। ਇਹ ਆਪਣੇ ਤਰੀਕੇ ਨਾਲ ਲੋਕ ਗੱਲਾਂ ਉਛਾਲਦੇ ਰਹਿੰਦੇ ਹੁੰਦੇ ਵਿਰੋਧੀ ਧਿਰ ਦਾ, ਪਰ ਆਪਣਾ ਤਰੀਕਾ ਹੁੰਦਾ ਲੇਕਿਨ ਮੈਨੂੰ ਮੇਰੀ ਨੌਲੇਜ 'ਚ ਇੱਦਾਂ ਦੀ ਕੋਈ ਗੱਲ। ਪਰ ਚੰਨੀ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਸੁਗਬੁਗਾਹਟ ਜਿਹੀ ਹੋ ਰਹੀ ਹੈ, ਕਾਫੀ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ ਇਸੇ ਹੀ ਮੁੱਦੇ ਤੇ। ਪੰਜਾਬ ਕਾਂਗਰਸ ਟੋਟਲ ਉਹਨਾਂ ਦੇ ਨਾਲ ਖੜੀ ਹੈ ਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ। ਜਿਹੜਾ ਬੰਦਾ ਇੱਕ ਵਾਰ ਉੱਪਰ ਨੂੰ ਉੱਠਦਾ ਹੈ ਅੱਗੇ ਆਉਣ ਦੀ ਕੋਸ਼ਿਸ਼ ਲੋਕ ਕਿਸੇ ਨੂੰ ਅੱਗੇ ਲੈ ਕੇ ਆਉਂਦੇ ਆ ਤਾਂ ਜ਼ਰੂਰ ਉਹਦਾ ਵਿਰੋਧ ਇੱਕ ਵਾਰ ਹੁੰਦਾ ਲੇਕਿਨ ਜਿਹੜਾ ਲੋਕਾਂ ਦਾ ਉਹਨਾਂ ਦੇ ਨਾਲ ਰੁਝਾਨ ਹੈ ਉਸ ਨੂੰ ਲੋਕ ਜਿਹੜੇ ਵਿਰੋਧੀ ਆ ਉਹ ਤੋੜ ਨਹੀਂ ਸਕਣਗੇ। ਚੰਨੀ ਜੀ, ਬੀਰ ਦਵਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਹੈ, ਉਹਨਾਂ ਕਿਹਾ ਹੈ ਕਿ ਜਿਸ ਤਰ੍ਹਾਂ ਅਰੁਸ਼ਾ ਆਲਮ ਨੂੰ ਮਿਲਦੇ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਕਿਹਾ ਕਿ ਮੋਦੀ ਸਰਕਾਰ ਤੋਂ ਅਸੀਂ ਇਸ ਦੀ ਜਾਂਚ ਦੀ ਮੰਗ ਕਰਾਂਗੇ ਕਿਉਂਕਿ ਅਰੁਸ਼ਾ ਆਲਮ ਨੂੰ ਉਹ ਪਾਕਿਸਤਾਨੀ ਜਾਸੂਸ ਦੱਸ ਰਹੇ ਨੇ। ਬੀਰ ਦਵਿੰਦਰ ਸਿੰਘ ਜੀ ਜ਼ਿਆਦਾ ਦੱਸ ਸਕਦੇ ਜੀ ਇਹਦੇ ਬਾਰੇ, ਉਹ ਸ਼ਾਇਦ ਉਹਨਾਂ ਦੇ ਨਾਲ ਜਾਸੂਸੀ ਵੀ ਕਰਦੇ ਰਹੇ ਹੋਣੇ, ਪਹਿਲਾਂ ਤਾਂ ਅੱਜ ਤੱਕ ਤਾਂ ਬੜਾ ਪਿਆਰ ਕਰਦੇ ਸੀ ਸਾਰਿਆਂ ਨੂੰ ਜੀ। ਓਕੇ ਜੀ ਚੰਨੀ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਚਰਨਜੀਤ ਚੰਨੀ ਸਾਡੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਕਿਹਾ ਹੈ ਕਿ ਬੇਸ਼ੱਕ ਸਿੱਖ ਫੋਰ ਜਸਟਿਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਦਾ, ਪਰ ਬਾਹਰ ਦੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਹਾਲਾਂਕਿ ਅਰੁਸ਼ਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਬੰਧਾਂ ਦੇ ਬਾਰੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਥੋੜ੍ਹਾ ਟਾਲ ਮਟੋਲ ਕਰਦੇ ਨਜ਼ਰ ਆਏ ਅਤੇ ਨਾਲ ਹੀ ਉਹਨਾਂ ਕਿਹਾ ਕਿ ਉਹ ਇਸ ਮਸਲੇ 'ਤੇ ਕੁਝ ਵੀ ਕਹਿਣਾ ਨਹੀਂ ਚਾਹੁੰਦੇ।